ਸਤਿ ਸ਼੍ਰੀ ਅਕਾਲ ਜੀ, ਸਵੈਗ ਦੇਸੀ ਯੂਟਿਊਬ ਚੈਨਲ ਤੇ ਤੁਹਾਡਾ ਸਵਾਗਤ ਹੈ। ਜਦੋਂ ਅਸੀਂ ਦਾਲ ਸਬਜ਼ੀ ਨਾਲ ਰੋਟੀ ਖਾਂਦੇ ਹਾਂ ਤਾਂ ਉਸਦੇ ਨਾਲ ਸਾਨੂੰ ਕਈ ਵਾਰੀ ਅਚਾਰ ਦੀ ਵੀ ਜ਼ਰੂਰਤ ਪੈਂਦੀ ਹੈ ਤੇ ਅਚਾਰ ਕਈ ਤਰ੍ਹਾਂ ਦੇ ਬਣਦੇ ਨੇ। ਅੱਜ ਅਸੀਂ ਅਦਰਕ ਦਾ ਅਚਾਰ ਪਾਵਾਂਗੇ। ਸਰਦੀਆਂ ਦੇ ਵਿੱਚ ਅਦਰਕ ਦਾ ਅਚਾਰ ਜਿਹੜਾ ਹੈ ਉਹ ਬਹੁਤ ਟੇਸਟੀ ਲੱਗਦਾ ਹੈ ਤੇ ਆਓ ਅਸੀਂ ਅਚਾਰ ਤਿਆਰ ਕਰੀਏ। ਅਚਾਰ ਤਿਆਰ ਕਰਨ ਦੇ ਲਈ ਅਸੀਂ 250 ਗ੍ਰਾਮ ਅਦਰਕ ਲਿਆ ਸੀ ਜਿਹੜਾ ਧੋ ਕੇ ਤੇ ਉਸਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਤੇ ਇਸ ਤਰ੍ਹਾਂ ਕੱਟ ਲਿਆ ਤੇ 250 ਗ੍ਰਾਮ ਹੀ ਨਿੰਬੂ ਲਏ ਨੇ ਤੇ ਨਿੰਬੂਆਂ ਦਾ ਅਸੀਂ ਇਹ ਰਸ ਕੱਢ ਲਿਆ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਜੀ, ਇਹ ਹੈਗਾ ਸਾਡਾ ਵਾਈਟ ਨਮਕ, ਕਾਲਾ ਨਮਕ, ਕਾਲੀ ਮਿਰਚ, ਜੀਰਾ, ਜੀਰਾ ਪਾਊਡਰ ਹੈ ਔਰ ਇਹ ਅਜਵਾਇਣ ਹੈ ਤੇ ਇੱਕ ਅਸੀਂ ਲਈ ਹੈ ਚਮਚ ਚੀਨੀ ਤੇ ਬਰਤਨ ਅਸੀਂ ਲੈ ਲਿਆ ਜਿਹੜਾ ਜਿਹੜਾ ਅਸੀਂ ਇਹ ਰਸ ਕੱਟਿਆ ਹੈ ਇਹਦੇ ਵਿੱਚ ਅਸੀਂ ਇਹਨੂੰ ਅਦਰਕ ਨੂੰ ਵਿੱਚ ਪਾ ਦਾਂਗੇ। ਨਮਕ ਪਾ ਦਾਂਗੇ ਛੋਟਾ ਚਮਚ ਨਮਕ, ਹਾਫ ਚਮਚ ਜਿਹੜਾ ਕਾਲਾ ਨਮਕ ਹੈ, ਇਹ ਕਾਲੀ ਮਿਰਚ ਪਾਊਡਰ ਹੈ, ਜੀਰਾ ਪਾਊਡਰ, ਜਵੈਣ ਔਰ ਇਹ ਇੱਕ ਚਮਚ ਅਸੀਂ ਚੀਨੀ ਲਈ ਹੈ। ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਦਾ ਅਚਾਰ ਜਿਹੜਾ ਉਹ ਮਤਲਬ ਬਹੁਤ ਜਲਦੀ ਬਣ ਜਾਂਦਾ। ਇਹਨੂੰ ਅਸੀਂ ਤਿਆਰ ਇਹਦੇ ਵਿੱਚ ਕੱਚ ਦੇ ਉਹਦੇ ਵਿੱਚ ਕੰਟੇਨਰ 'ਚ ਪਾ ਕੇ ਤੇ 3-4 ਦਿਨ ਧੁੱਪ 'ਚ ਰੱਖਾਂਗੇ ਤੇ ਰੋਜ਼ ਲਾਉਂਦੇ ਰਹਾਂਗੇ। ਤੇ ਅਸੀਂ ਕੱਚ ਦਾ ਬਰਤਨ ਲੈ ਲਿਆ ਤੇ ਇਹਦੇ ਨੂੰ ਅਸੀਂ ਚੰਗੀ ਤਰ੍ਹਾਂ ਧੋ ਕੇ ਧੁੱਪ ਲਵਾ ਲਈਏ ਤੇ ਇਹਦੇ ਵਿੱਚ ਅਸੀਂ ਇਹ ਅਦਰਕ ਜਿਹੜਾ ਨਾ ਪਾ ਦਾਂਗੇ। ਅਦਰਕ ਸਾਰਾ ਸਾਲ ਮਿਲਦਾ ਹੈ ਇਸ ਲਈ ਇਸਨੂੰ ਬਹੁਤਾ ਸਟੋਰ ਕਰਨ ਦੀ ਤਾਂ ਜ਼ਰੂਰਤ ਨਹੀਂ ਪੈਂਦੀ ਅਤੇ ਜਦੋਂ ਦਿਲ ਕਰੇ ਤਾਂ ਅਸੀਂ ਇਹਦਾ ਅਚਾਰ ਜਿਹੜਾ ਉਹ ਪਾ ਸਕਦੇ ਹਾਂ। ਅਚਾਰ ਬਣ ਵੀ ਜਲਦੀ ਜਾਂਦਾ ਔਰ ਬਣਦਾ ਵੀ ਟੇਸਟੀ ਹੈ ਔਰ ਸਰਦੀਆਂ ਵਿੱਚ ਇਹ ਖਾਣਾ ਵੀ ਚਾਹੀਦਾ। ਅਚਾਰ ਅਸੀਂ ਬਣਾ ਲਿਆ, ਬਸ ਹੁਣ ਇਸਨੂੰ 3-4 ਦਿਨ ਦੇ ਧੁੱਪ 'ਚ ਰੱਖਾਂਗੇ ਅਤੇ ਇਹ ਸਾਡਾ ਜਿਹੜਾ ਰੇਡੀ ਹੋ ਜਾਏਗਾ। ਅਤੇ ਤੁਸੀਂ ਸਾਡਾ ਚੈਨਲ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ ਅਤੇ ਨਾਲ ਹੀ ਬੈਲ ਆਈਕਨ ਦਬਾਓ ਅਤੇ ਅਸੀਂ ਇਸੇ ਤਰ੍ਹਾਂ ਨਵੀਆਂ ਰੈਸਪੀਆਂ, ਅਚਾਰ, ਚਟਨੀਆਂ, ਮੁਰੱਬੇ ਲੈ ਕੇ ਆਉਂਦੇ ਰਹਾਂਗੇ। ਤੇ ਫਿਰ ਆਗਿਆ ਦਿਓ ਤੇ ਅਗਲੀ ਰੈਸਪੀ ਲੈ ਕੇ ਫਿਰ ਹਾਜ਼ਰ ਹੋਵਾਂਗੇ।